मेरा रुसे ना कलगिया वाला करके कोई वेख ले सेवा नू लगदा मेवा 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 करके कोई देख ले करके कोई देख ले सेवा लगता मेवा 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 करके कोई देख ले सेवा करके कोई देख ले सेवा लगता मेवा करके कोई देख ले सेवा लगता मेवा 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 सेवा लगता सेवा लगता है मेवा 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 करके कोई वेख ले सेवा लगता करके कोई वेख ले सेवा लगता मेवा करके कोई देख 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 ले सेवा लगता मेवा सतगुर की सेवा सफल है एक करे जितलाए फल सतगुर की सेवा सफल किन्नी सफली है जे को करे चित लाए कोई मन ला के करे गुरु दी सेवा कदे व्यर्थी नहीं जांदी आखो सतनाम श्री वाहेगुरु कई बार एडा कष्ट आना हुंदा संगत जी लोग कहिंदे कष्ट तां बहुत आया बच किवें गया उत्थे भांडे मांजे मूहरे आ जांदे ने आखो सतनाम श्री वाहेगुरु आपां कई बार कहिंदे ना भाई एक्सीडेंट ते बड़ा होया सी बचिया किदां उत्थे भांडे मांजे लंगर वरताया जोड़े झाड़े झाड़ू फेरिया गुरु दा सामने आ जा हुण आपां वी आग्या लैणी है जदों समाप्ति होगी सारे सेवादारा ने ते गुरमुखां ने किसे नूं मठियाई देनी है किसे नूं प्रशादा भाई तुसीं बहुत सेवा कीती क्योंकि जिन्हां ने सेवा कीती उन्हां नूं बख्शिश मिलनी है किसे नूं सरोपा मिलूगा किसे नूं मठियाई मिलूगी कि तुसीं इन्ने दिन सेवा च लाए ने इन्ने दिन इत्थे रह के सेवा कीती हुण महाराज लगे जदों संगत जाण लगी ना पिछौर दी पिशावर दी संगत सी ध्यान रखियो जदों संगत जाण लगी महाराज कहिंदे भाई सारे प्रसाद लओ आ हुण गुरु साहब खुल्ला प्रसाद किसे नूं बुक भर के किसे नूं दो बुक झोलियां भरे भर के भेजदे ने सतगुरु इत्थे झोलियां भरदियां ने इत्थे ते कई वारी हुण आपां बैठे आ ना गुरमुखो
ਪਤਾ ਨਹੀਂ ਕਿੰਨੀਆਂ ਕਿਹਦੀਆਂ ਝੋਲੀਆਂ ਭਰੀਆਂ ਹੋਣਗੀਆਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਈ ਕਹਿੰਦੇ ਨੇ ਜੀ ਮੈਂ ਪਿਛਲੇ ਸਾਲ ਬੈਠਾ ਸੀ, ਇੱਕ ਸਾਲ ਵਿੱਚ ਦੀ ਮੇਰੀ ਝੋਲੀ ਭਰ ਦਿੱਤੀ ਸਤਿਗੁਰ, ਮੈਨੂੰ ਆਹ ਚੀਜ਼ ਚਾਹੀਦੀ ਸੀ, ਮੇਰੀ ਆਹ ਮੰਗ ਸੀ, ਸਤਿਗੁਰ ਨੇ ਪੂਰੀ ਕਰ ਦਿੱਤੀ। ਬਿਨ ਬੋਲਿਆਂ ਸਭ ਕੁਛ ਜਾਣਦਾ, ਬਿਨਾਂ ਬੋਲਿਆਂ ਤੋਂ ਇਹੋ ਜਿਹੇ ਸਤਿਗੁਰ ਕਿੱਥੋਂ ਲੱਭੋਗੇ, ਬਿਨਾਂ ਬੋਲਿਆਂ ਹੀ ਜਾਣਦੇ। ਜਦੋਂ ਸੰਗਤ ਨੂੰ ਪ੍ਰਸ਼ਾਦ ਦੇ ਰਹੇ ਨੇ ਤੇ ਇੱਕ ਛੋਟਾ ਜਿਹਾ ਬੱਚਾ, ਅਕਸਰ ਤੁਹਾਨੂੰ ਬੇਨਤੀ ਕਰੀਦੀ ਹੈ ਗੁਰੂ ਨਾਲ ਅੱਜ ਵਚਨ ਕਰਕੇ ਜਾਇਓ, ਸਾਰੇ ਪ੍ਰੋਮਿਸ ਵਾਅਦਾ ਕਰਕੇ ਜਾਇਓ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੇ ਨਾਲ ਵਾਅਦਾ ਹੈ, ਮੇਰਾ ਤੁਹਾਡੇ ਨਾਲ ਵਚਨ ਹੈ ਕਿ ਅੱਜ ਤੋਂ ਮੈਂ ਤੁਹਾਡਾ ਹੋ ਗਿਆ। ਸਤਨਾਮ ਸ਼੍ਰੀ ਵਾਹਿਗੁਰੂ। ਉਹ ਛੋਟਾ ਜਿਹਾ ਬੱਚਾ ਜਦੋਂ ਸੰਗਤ ਨੇ ਸਾਰੀ ਨੇ ਪ੍ਰਸ਼ਾਦ ਲੈ ਲਿਆ ਨਾ, ਉਹ ਸਤਿਗੁਰੂ ਉਹਨੂੰ ਕੋਲ ਬੁਲਾਇਆ, ਕਹਿੰਦੇ ਆ ਬੱਚੇ ਨੂੰ ਬੁਲਾਓ ਸਾਡੇ ਕੋਲ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਬੱਚੇ ਨੂੰ ਸਾਡੇ ਕੋਲ ਬੁਲਾਓ। ਬੁਲਾਇਆ ਸੰਗਤੇ ਉਸ ਬੱਚੇ ਨੂੰ ਸਤਿਗੁਰ ਨੇ ਆਪਣੀ ਗੋਦ ਚ ਬਿਠਾ ਲਿਆ। ਹੁਣ ਸੁਣਿਓ ਕਿਉਂ ਬਿਠਾਇਆ, ਮੈਂ ਇੱਥੇ ਇਹ ਬੇਨਤੀ ਜ਼ਰੂਰ ਕਰਨੀ ਆ ਵੀ ਕਿਉਂ ਬਿਠਾਇਆ, ਬੱਚੇ ਤਾਂ ਹੋਰ ਵੀ ਸੀਗੇ, ਉਹਨੂੰ ਕਿਉਂ ਬਿਠਾਇਆ? ਉਹਨੂੰ ਤਾਂ ਬਿਠਾਇਆ, ਉਹਦੇ ਸਿਰ ਤੇ ਦਸਤਾਰ ਬੰਨੀ ਸੀ, ਛੋਟਾ ਜਿਹਾ ਚੋਲਾ ਪਾਇਆ ਸੀ ਤੇ ਗੁਰਮੁਖੋ ਸਿਰ ਦੇ ਉੱਪਰ ਖੰਡਾ ਲਾਇਆ ਸੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆ ਬੱਚੇ ਤੁਸੀਂ ਦੇਖੋ, ਇੱਥੇ ਛੋਟੇ ਛੋਟੇ ਬੱਚੇ ਹੈ, ਚੋਲੇ ਪਾਏ ਹੋਏ ਹੈ, ਗਾਤਰੇ ਪਾਏ ਹੋਏ ਹੈ, ਇੱਥੇ ਛੋਟੇ ਛੋਟੇ ਬੱਚੇ ਸੀ, ਦੇਖੋ ਭੱਜ ਕੇ ਗਏ ਉੱਥੇ ਗੁਰਦੁਆਰਾ ਸਾਹਿਬ, ਉੱਥੋਂ ਜਲਦੀ ਨਾਲ ਇਸ਼ਨਾਨ ਕਰਕੇ ਛੇਤੀ ਛੇਤੀ ਦਸਤਾਰਾ ਬੰਨ ਕੇ ਆ ਪਿੱਛੇ ਸਟੇਜ ਤੇ ਬੈਠੇ ਆ। ਇਹ ਮਾਵਾਂ ਵੀ ਧਨ ਨੇ, ਮੈਂ ਤੇ ਕਹਿੰਦਾ ਮਾਵਾਂ ਧਨੀ ਨੇ ਉਹ ਜਿਨ੍ਹਾਂ ਦੇ ਬੱਚਿਆਂ ਨੂੰ ਇਹ ਚਾਅ ਹੈ ਕਿ ਅਸੀਂ ਚੋਲੇ ਪਾ ਕੇ ਗੁਰੂ ਕੋਲ ਬੈਠੀਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਇਹੋ ਜਿਹੇ ਬੱਚੇ ਬਹੁਤ ਨੇ, ਅਸੀਂ ਖੇਡੀਏ, ਅਸੀਂ ਬਾਜ਼ਾਰਾਂ 'ਚ ਦੇਖੀਏ, ਅਸੀਂ ਰੌਣਕ ਮੇਲਾ ਵੇਖੀਏ, ਇਹੋ ਜਿਹੇ ਬੱਚੇ ਕਿੰਨੇ ਕਿੰਨੇ ਵੀ ਅਸੀਂ ਗੁਰੂ ਸਾਹਿਬ ਦੇ ਕੋਲ ਬੈਠੀਏ, ਕਿੰਨੇ ਕਿੰਨੇ ਬੱਚੇ ਗੁਰਮੁਖੋ। ਹੁਣ ਸਤਿਗੁਰ ਨੇ ਕੋਲ ਕਿਉਂ ਬਿਠਾਇਆ? ਕਿਉਂਕਿ ਸੋਹਣਾ ਹੀ ਇੰਨਾ ਲੱਗਦਾ ਸੀ, ਗਾਤਰਾ ਚੋਲਾ ਸਜਾਇਆ, ਖੰਡਾ ਸਜਾਇਆ। ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ, ਮੈਨੂੰ ਇੰਗਲੈਂਡ ਚੋਂ ਕਿਸੇ ਨੇ ਕਿਤਾਬ ਦਿੱਤੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਉਹ ਮੈਂ ਕਿਤਾਬ ਪੜ੍ਹੀ, ਉਹ ਕਿਸੇ ਅਮੈਰੀਕਾ ਦਾ ਕੋਈ ਵਿਦਵਾਨ ਹੈ, ਕੋਈ ਹਿਸਟੋਰੀਅਨ ਹੈ, ਕੋਈ ਬਹੁਤ ਤਕੜਾ ਇਤਿਹਾਸਕਾਰ ਹੈ, ਉਹਦੀ ਕਿਤਾਬ ਲਿਖੀ। ਉਹ ਕਿਤਾਬ ਪੜ੍ਹਦਾ ਪੜ੍ਹਦਾ ਜਦ ਮੈਂ ਇੱਕ ਪੈਰਾ ਪੜ੍ਹਿਆ ਨਾ ਉਹਦੇ 'ਚ, ਤੁਸੀਂ ਸੱਚ ਮੰਨਿਓ ਮੇਰੇ ਰੋਂਗਟੇ ਖੜੇ ਹੋ ਗਏ ਪੜ੍ਹ। ਮੈਂ ਕਿਹਾ ਵੀ ਸੱਚੇ ਪਾਤਸ਼ਾਹ ਅਸੀਂ ਕਿੱਥੇ ਖੜੇ ਹਾਂ? ਉਹਨੇ ਕੀ ਲਿਖਿਆ ਸੁਣਿਓ ਭੈਣੋ। ਉਹ ਕਹਿੰਦਾ ਮੈਨੂੰ ਕਿਸੇ ਨੇ ਪ੍ਰਸ਼ਨ ਪੁੱਛਿਆ, ਕੁਐਸਚਨ ਪੁੱਛਿਆ ਮੈਨੂੰ ਕਿਸੇ ਨੇ ਦੁਨੀਆਂ 'ਚ, ਉਹਨੇ ਲਿਖਿਆ ਵੀ ਕੀ ਕੁਐਸਚਨ ਪੁੱਛਿਆ? ਕਹਿੰਦੇ ਮੈਨੂੰ ਕਿਸੇ ਨੇ ਪੁੱਛਿਆ ਵੀ ਦੁਨੀਆਂ 'ਚ ਸਭ ਤੋਂ ਵੱਧ ਸੋਹਣਾ ਇਨਸਾਨ ਕੌਣ ਹੈ? ਦੁਨੀਆਂ ਵਿੱਚ ਸਭ ਤੋਂ ਵੱਧ ਸੋਹਣਾ ਇਨਸਾਨ ਸੁਣਿਓ ਸੰਗਤੇ। ਅੱਜ ਕਈ ਕਹਿੰਦੇ ਨੇ ਜੀ ਦਾੜਾ ਸੋਹਣਾ ਨਹੀਂ ਲੱਗਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਈ ਮੈਨੂੰ ਇੱਕ ਦੋ ਮਿਲੇ, ਮੈਨੂੰ ਕਹਿੰਦੇ ਬਾਬਾ ਜੀ ਅਸੀਂ ਤੈਨੂੰ ਕਟਾਉਣਾ ਸੀ, ਰਿਸ਼ਤਾ ਹੀ ਨਹੀਂ ਹੁੰਦਾ ਸੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਗਾਂ ਵਾਲੇ ਕਹਿੰਦੇ ਸੀ ਮੁੰਡਾ ਕਲੀਨ ਸ਼ੇਵ ਚਾਹੀਦਾ, ਦਾੜਾ ਨਹੀਂ ਹੋਣਾ ਚਾਹੀਦਾ ਮੂੰਹ ਤੇ। ਸੁਣਿਓ ਉਹਨੇ ਲਿਖਿਆ, ਕਹਿੰਦਾ ਦੁਨੀਆਂ 'ਚ ਸਭ ਤੋਂ ਵੱਧ ਸੋਹਣਾ ਇਨਸਾਨ, ਅਸੀਂ ਤਾਂ ਇੱਥੇ ਜਿਉਂਦੇ ਹਾਂ, ਮੈਂ ਅਮੈਰੀਕਾ ਦੀ ਗੱਲ ਕਰ ਰਿਹਾ, ਉਹ ਵਿਦਵਾਨ ਦੀ, ਜਿਹੜਾ ਦੁਨੀਆਂ ਦਾ ਵਿਦਵਾਨ ਹੈ। ਉਹਨੇ ਫਿਰ ਜਵਾਬ ਦਿੱਤਾ, ਤੁਸੀਂ ਹੈਰਾਨ ਹੋ ਜਾਓਗੇ, ਤੁਹਾਡੇ ਪੈਰਾਂ ਥੱਲਿਓ ਜ਼ਮੀਨ ਨਿਕਲੇਗੀ, ਇੱਕ ਅਮੈਰੀਕਾ ਦਾ ਅੰਗਰੇਜ਼ ਵਿਦਵਾਨ, ਉਹ ਕਹਿੰਦਾ ਦੁਨੀਆਂ ਦਾ ਸਭ ਤੋਂ ਸੋਹਣਾ ਇਨਸਾਨ ਪਤਾ ਕੌਣ ਹੈ? ਜਿਹਦੇ ਗੁਰੂ ਦਾ ਬਾਣਾ ਪਾਇਆ, ਗਾਤਰਾ ਪਾਇਆ ਤੇ ਖੁੱਲਾ ਦਾੜਾ ਛੱਡਿਆ, ਇਦੋਂ ਸੋਹਣਾ ਇਨਸਾਨ ਕੋਈ ਹੋ ਹੀ ਨਹੀਂ ਸਕਦਾ। ਸਤਨਾਮ ਸ਼੍ਰੀ ਵਾਹਿਗੁਰੂ। ਜਿਹਦੇ ਖੁੱਲਾ ਦਾੜਾ ਛੱਡਿਆ, ਗੁਰੂ ਦਾ ਬਾਣਾ ਪਾਇਆ, ਐਵੇਂ ਥੋੜਾ ਕਿਹਾ ਸੀ ਸਤਿਗੁਰਾਂ ਨੇ, ਜਿਹੜਾ ਲੱਖਾਂ ਵਿੱਚ ਦਿਸੂਗਾ ਨਿਆਰਾ, ਵਾਹਿਗੁਰੂ ਐਸਾ ਮੈਂ ਸਜਾਊ ਖਾਲਸਾ, ਲੱਖਾਂ ਵਿੱਚ ਦਿਸੂਗਾ ਨਿਆਰਾ, ਐਸਾ ਮੈਂ ਸਜਾਊ ਖਾਲਸਾ, ਜਿਹੜਾ ਲੱਖਾਂ ਵਿੱਚ ਦਿਸੂਗਾ ਨਿਆਰਾ, ਐਸਾ ਮੈਂ ਸਜਾਊ ਖਾਲਸਾ, ਲੱਖਾਂ ਵਿੱਚ ਦਿਸੂਗਾ ਨਿਆਰਾ, ਐਸਾ ਮੈਂ ਸਜਾਊ।
ਸੁਸੂਗਾ ਨਿਆਰਾ ਸੁਸੂਗਾ ਨਿਆਰਾ ਐਸਾ ਮੈਂ ਸਜਾਉਣਾ ਖਾਲਸਾ ਲੱਖਾਂ ਵਿੱਚ ਸੁਸੂਗਾ ਨਿਆਰਾ ਐਸਾ ਮੈਂ ਸਜਾਉਣਾ ਖਾਲਸਾ ਜਿਹੜਾ ਲੱਖਾਂ ਵਿੱਚ ਸੁਸੂਗਾ ਨਿਆਰਾ ਐਸਾ ਮੈਂ ਸਜਾਉਣਾ ਖਾਲਸਾ ਜਿਹੜਾ ਲੱਖਾਂ ਵਿੱਚ ਸੁਸੂਗਾ ਨਿਆਰਾ ਐਸਾ ਮੈਂ ਸਜਾਉਣਾ ਜਿਹੜਾ ਲੱਖਾਂ ਵਿੱਚ ਸੁਸੂਗਾ ਗੱਜ ਕੇ ਪੈਣੋ ਵਾਹ ਵਾਹ ਜਿਹੜਾ ਲੱਖਾਂ ਵਿੱਚ ਦਿਸੂਗਾ ਨਿਆਰਾ ਜਿਹੜਾ ਲੱਖਾਂ ਵਿੱਚ ਦਿਸੂਗਾ ਨਿਆਰਾ ਮੈਂ ਸਜਾਉਣਾ ਖਾਲਸਾ ਜਿਹੜਾ ਲੱਖਾਂ ਵਿੱਚ ਦਿਸੂਗਾ ਨਿਆਰਾ ਮੈਂ ਸਜਾਉਣਾ ਖਾਲਸਾ ਜਿਹੜਾ ਲੱਖਾਂ ਵਿੱਚ ਦਿਸੂਗਾ ਖਾਲਸਾ ਮੇਰੋ ਰੂਪ ਹੈ ਕਿਹੋ ਜਿਹਾ ਮੈਂ ਬੇਨਤੀ ਕਰਦਾ ਤੁਸੀਂ ਆਪ ਦੇਖ ਲਿਓ ਦੁਨੀਆਂ ਦੀ ਸਭ ਤੋਂ ਮਹਿੰਗੀ ਡਰੈਸ ਪਾ ਲਿਓ ਸਭ ਤੋਂ ਮਹਿੰਗੀ 15,000 ਦੀ 20,000 ਦੀ 30,000 ਦੀ ਤੇ ਵਿੱਚ ਇੱਕ ਗੁਰੂ ਦੇ ਬਾਣੇ ਵਾਲਾ ਖੜਾਇਓ ਤੁਸੀਂ ਆਪ ਦੱਸਿਓ ਵੀ ਸਭ ਤੋਂ ਸੋਹਣਾ ਲੱਗਦਾ ਕੌਣ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਆ ਪੰਜ ਪਿਆਰੇ ਜਦੋਂ ਛੋਟੇ ਛੋਟੇ ਬੱਚੇ ਬਣਦੇ ਆ ਕੋਈ ਕਰ ਲੂ ਰੀਸ ਇਹਨਾਂ ਦੀ ਡਰੈਸ ਦੀ ਦੱਸੋ ਕੋਈ ਦੁਨੀਆਂ ਤੇ ਇਹੋ ਜਿਹਾ ਕੱਪੜਾ ਹੈਗਾ ਜਿਹੜਾ ਇਹਨਾਂ ਦੀ ਰੀਸ ਕਰ ਲਊਗਾ ਆ ਕੋਈ ਬੱਚਾ ਛੋਟਾ ਤਿਆਰ ਪੁਰ ਤਿਆਰ ਹੋਵੇ ਗੁਰੂ ਦੇ ਬਾਣੇ ਚ ਹੋਵੇ ਕੋਈ ਦੁਨੀਆਂ ਦਾ ਕੋਟ ਪੈਂਟ ਰੀਸ ਕਰ ਲੂਗਾ ਉਹਦੀ ਕਦੇ ਵੀ ਨੀ ਕਰੋ ਹੁਣ ਮਹਾਰਾਜ ਨੇ ਗੋਦ ਚ ਬਿਠਾਇਆ ਸੁਣਿਓ ਕੀ ਪੁੱਛਿਆ ਸੀ ਉਹ ਤੋਂ ਧਿਆਨ ਰੱਖਿਓ ਸੰਗਤੇ ਮਹਾਰਾਜ ਉਹਨੂੰ ਕਹਿੰਦੇ ਬੇਟਾ ਤੇਰਾ ਨਾਮ ਕੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇਰਾ ਨਾਮ ਆ ਸਿੱਖਾਂ ਦੇ ਤਾਂ ਨਾਮ ਸੁਣ ਕੇ ਕੰਬ ਜਾਂਦਾ ਸੀ ਜਾਲਮ ਗਰਜਾ ਸਿੰਘ ਬੋਤਾ ਸਿੰਘ ਫਤਿਹ ਸਿੰਘ ਜੋਰਾਵਰ ਸਿੰਘ ਅਜੀਤ ਸਿੰਘ ਜੁਝਾਰ ਸਿੰਘ ਅੱਜ ਨਾਮ ਕਿਹੋ ਜਿਹੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਹੋ ਜਿਹੇ ਨਾਮ ਨੇ ਟੈਂਕੂ ਪੈਂਕੂ ਕੀ ਨਾਮ ਰੱਖੇ ਨੇ ਆਪਣੇ ਦੱਸੋ ਇਹ ਸਿੱਖਾਂ ਦੇ ਨਾਮ ਦੇਖੋ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੱਸੋ ਕਿੱਡੇ ਕਿੱਡੇ ਨਾਮ ਨੇ ਮਹਾਰਾਜ ਨੇ ਪੁੱਛਿਆ ਤੇਰਾ ਨਾਮ ਕਹਿੰਦਾ ਮਹਾਰਾਜ ਮੇਰਾ ਨਾਮ ਹੈ ਭਾਈ ਜੋਗਾ ਜੋਗਾ ਮਹਾਰਾਜ ਇੰਨੇ ਖੁਸ਼ ਹੋਏ ਜਦੋਂ ਜੋਗਾ ਕਿਹਾ ਤੇ ਮਹਾਰਾਜ ਨੇ ਨਾਲ ਹੀ ਪਲਟ ਕੇ ਪੁੱਛ ਲਿਆ ਕਹਿੰਦੇ ਜੋਗਾ ਤੇ ਹੈ ਕਿਹਦੇ ਜੋਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਈ ਘਰਦਿਆਂ ਜੋਗੇ ਨੇ ਕਈ ਕਿਸੇ ਜੋਗੇ ਨੇ ਕਈ ਠੇਕੇ ਜੋਗੇ ਨੇ ਕਈ ਤੰਬਾਕੂ ਜੋਗੇ ਨੇ ਤੂੰ ਕਿਹਦੇ ਜੋਗਾ ਕਹਿੰਦਾ ਮਹਾਰਾਜ ਜਦੋਂ ਤਾਂ ਅਸੀਂ ਘਰ ਚ ਉਦੋਂ ਤਾਂ ਅਸੀਂ ਘਰਦਿਆਂ ਜੋਗਾ ਜਦੋਂ ਦਾ ਸਤਿਗੁਰ ਤੈਨੂੰ ਵੇਖਿਆ ਹੁਣ ਤੇ ਮਾਲਕਾ ਤੇਰੇ ਜੋਗਾ ਹੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਨੂੰ ਆਪਣੇ ਜੋਗਾ ਬਣਾਈ ਰੱਖਿਓ ਜਦੋਂ ਇੰਨੀ ਗੱਲ ਕਹੀ ਸਤਿਗੁਰ ਨੇ ਘੁੱਟ ਕੇ ਛਾਤੀ ਨਾ ਲਾਇਆ ਜੋਗੇ ਅੱਜ ਤੂੰ ਕਹਿ ਤਾਂ ਦਿੱਤਾ ਕਿ ਤੂੰ ਸਾਡੇ ਜੋਗਾ ਹੈ ਪਰ ਯਾਦ ਰੱਖੀ ਜੋਗਿਆ ਜੇ ਤੂੰ ਸਾਡੇ ਜੋਗਾ ਹੋਇਆ ਮੈਂ ਵੀ ਤੇਰੇ ਜੋਗਾ ਹੋਇਆ ਜੇ ਤੂੰ ਸਾਡੇ ਜੋਗਾ ਹੋਇਆ ਮੈਂ ਵੀ ਤੇਰੇ ਜੋਗਾ ਹੋਇਆ ਜੇ ਤੂੰ ਸਾਡੇ ਜੋਗਾ ਹੋਇਆ ਮੈਂ ਵੀ ਤੇਰੇ ਜੋਗਾ ਹੋਇਆ ਜੇ ਤੂੰ ਸਾਡੇ ਜੋਗਾ ਹੋਇਆ ਮੈਂ ਵੀ ਤੇਰੇ ਜੋਗਾ ਹੋਇਆ ਜੇ ਤੂੰ ਸਾਡੇ ਜੋਗਾ ਹੋਇਆ ਮੈਂ ਵੀ ਤੇਰੇ ਜੋਗਾ ਹੋਇਆ ਜੇ ਤੂੰ ਸਾਡੇ ਜੋਗਾ ਹੋਇਆ ਮੈਂ ਵੀ ਤੇਰੇ ਜੋਗਾ ਹੋਇਆ ਤੇਰੇ ਜੋਗਾ ਹੋਇਆ ਤੇਰੇ ਜੋਗਾ ਹੋਇਆ ਮੈਂ ਵੀ ਤੇਰੇ ਜੋਗਾ ਹੋਇਆ ਮੈਂ ਵੀ ਤੇਰੇ ਜੋਗਾ ਹੋਇਆ ਮੈਂ ਵੀ ਤੇਰੇ ਜੋਗਾ
तेरे जोगा भाई जोगिया सतगुर तेरे जोगा होया भाई जोगिया सतगुर तेरे जोगा होया भाई जोगिया सतगुर तेरे जोगा होया जोगिया सतगुर तेरे जोगा होया भाई जोगिया सतगुरु कहंदे जोगे जे तू साडे जोगा है ना तेरा साडा वचन है फिर असी तेरे जोगे आखो सतनाम वाहेगुरु सारे घर नु मुड़ गए संगत भी मुड़ गई छेती भाई सतगुरु जाना है भाई जोगे नु कहंदे तू भी चल वो कहंदा मैं हुण किथे जाना जद है ही गुरु जोगा आखो सतनाम श्री वाहेगुरु मैं नहीं हुण जाना मैं ते इत्थे ही रहूंगा बस महाराज दे कोल ही रहूंगा वो घर दे कहंदे तेरे घर दे ने नहीं टिकण देना सानू भी साडा मुंडा किथे है वो कहंदे नहीं हुण नहीं जाना क्यों मन जुड़ गया बेपरवाह दे नाल जुड़ गया बेपरवाह दे नाल जुड़ गया बेपरवाह दे नाल मन जुड़ गया बेपरवाह दे नाल जुड़ गया बेपरवाह दे नाल मन जुड़ गया बेपरवाह दे नाल उस शेर शाह दे शाह दे नाल शेर शाह दे शाह दे नाल मन जुड़ गया बेपरवाह दे नाल जुड़ गया बेपरवाह दे नाल मन जुड़ गया मन जुड़ गया बेपरवाह दे कहंदे हुण मन गुरु ना जुड़ गया हुण नहीं जानना कहंदे जोगे ने बहुत सेवा कीती इतिहास दसदा एक दिन समा आया हुण देखो जेड़ा गुरु साहब ने वचन कीता सी पूरा किवें कर दे वचन कीता सी ना भी जोगे मैं तेरे जोगा जदों जोगा वड्डा हो गया ना व्याहुण जोगा ते मां प्यो रिश्तेदार इकट्ठे करके आ गए गुरु साहब कोल कहंदे महाराज जी सतगुरु कहंदे दसो कहंदे जी जे हुक्म होवे तां जोगे नूं लै जाईए आखो सतनाम श्री वाहेगुरु महाराज कहंदे भाई की करना कहंदे जी इहदा विआह कर दईए महाराज कहंदे इह मैं नहीं जवाब दे सकदा आपां जोगे नूं सददे आं पुछदे आं जे उहदा मन होया भाई लै जाइओ बुला लिया जोगे नूं महाराज कहंदे जोगिया तेरा परिवार तेरे रिश्तेदार खड़े ने जाना है कहंदे महाराज कबीर कुकर राम मैं तां कुकर तेरे द्वारे दा आ तेरा पटा पाया हुक्म तू ही करना सच्चे पातशाह दसो की करां हुण देखो महाराज दा कौतक इहनूं कहंदे चोज महाराज कहंदे जोगे जा ते जरूर पर एक गल याद रखी साडी कहंदा महाराज की कहंदे जदों तैनूं आवाज मारीए ना साडा हुक्म आ जाए ते जेड़ा काम करदा उत्थे ही छड के आनंदपुर नूं तुर पई बस सतवचन महाराज लै आए घर दे विआह रखता बनता विआह दा दिन आ गया सुणियो संगते विआह दा दिन जे बरात आउण जाणी है आनंद कारज होणे ने जदों जोगे दी बरात दा दिन आया सतगुर नवा एक खेड रचावंदे ने पहला गुरां दी फतेह बुलावंदे ने तू सै गुरु जोगा गुरु तेरे जोगा इस गल नूं परखणा चाहवंदे ने जेड़ा काम करदा विचे छड आवी तेरे गुरु जी तैनूं बुलावंदे ने इह चिट्ठी लिखती महाराज ने पूरी लिख के चिट्ठी ते सिख नूं कहिंदे सिखा चिट्ठी लै जा जोगे नूं उदों फड़ाई जदों दो लावां हो जाण जोगे दी
चिट्ठी उदो फड़ाई पहला ना फड़ाई मैं परखना है वो कहता सी मैं तुहाडे जोगा मेरे जोगा हैगा भी एक गल ही मारदा चिट्ठी उदो फड़ाई सिख आ गया आनंद कारज का टाइम हो गया मैनू माफ करो उदो आनंद कारज हुण वर्गे नहीं सी प्यारे उदो आनंद कारज बहुत टोटली डिफरेंस सी बड़ा फर्क सी अपने नाल की जदों आनंद कारज हुंदे सी ना आ बजुर्ग बैठे है साडी तां उम्र छोटी है जदों आनंद कारज हुंदे सी सारे लोग गुरु दी ताबिया बहिंदे सी गुरु ग्रंथ साहिब नूं रख के ताबिया बहना ते आनंद कारज होणे हुण ते आनंद कारज कहिंदे करन जाणा है दो उधरों चलो दो इधरों चलो आखो सतनाम श्री वाहिगुरु आ हुण हाल आनंद कारज आंदा प्यारे पहला आनंद कारज हुंदे सी 12 बजे तो पहला टाइम हुंदा सी महापुरख बैठे 12 तो पहला टाइम हुंदा सी आनंद कारजां दा हुण देखो शाम दे 3-3, 4-4 बज जांदे मर्यादा सी ए जिंदगी च 3 टाइम हुंदे ने जन्म दा ਵਿਆਹ ਦਾ ਤੇ ਮਰਨ ਦਾ ਇਹ 3 ਟਾਈਮ ਬੜੇ ਮੌਲਕ ਹੈ ਜਨਮ ਸੰਸਕਾਰ ਵਿਆਹ ਸੰਸਕਾਰ ਤੇ ਮਰਨ ਸੰਸਕਾਰ ਇਹ 3 ਸੰਸਕਾਰ ਨੇ ਨਾ ਹੁਣ ਦੱਸੋ ਜਿਹੜੇ ਸਤਿਗੁਰ ਨੇ ਸਾਰੀ ਜ਼ਿੰਦਗੀ ਰੱਖਿਆ ਕਰਨੀ ਆ ਉਹਦੇ ਕੋਲੇ ਬਹਿਣ ਦੇ 10 ਮਿੰਟ ਵੀ ਹੈ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆ ਮੈਂ ਮੋਗੇ ਕਿਸੇ ਦੇ ਆਨੰਦ ਕਾਰਜ ਤੇ ਗਿਆ ਬਿਲਕੁਲ ਸੱਚੀ ਗੱਲ ਦੱਸਦਾ ਤੁਹਾਨੂੰ ਗੁਰੂ ਦੀ ਹਜ਼ੂਰੀ ਉੱਥੇ ਦੋ ਪਰਿਵਾਰਾਂ ਦੇ ਆਨੰਦ ਕਾਰਜ ਸੀ ਅਸੀਂ ਦੋਹਾਂ ਤੇ ਹੀ ਜਾਣਾ ਸੀ ਉਹ ਮੈਂ ਕਿਹਾ ਵੀ ਇੱਥੇ ਬਹਿ ਜਾਂਦੇ ਆ ਦੂਸਰਾ ਪਰਿਵਾਰ ਆਊਗਾ ਇੱਥੇ ਹੀ ਹਾਜ਼ਰੀ ਲਵਾ ਦਿਆਂ ਮੈਂ ਨਿਰਖ ਕੀਤੀ ਜਦੋਂ ਅਰਦਾਸ ਹੋਈ ਨਾ ਸੰਗਤ ਜੀ ਉਹੋ ਹੀ ਦੇਗ ਚ ਪਹਿਲਾਂ ਕਿਰਪਾਨ ਫੇਰ ਦਿੱਤੀ ਜਦ ਦੂਜੇ ਆਏ ਤੇ ਉਸੇ ਹੀ ਦੇਗ ਚ ਫੇਰ ਦਿੱਤੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਮੈਂ ਪੁੱਛਿਆ ਮੈਂ ਕਿਹਾ ਭਾਈ ਸਾਹਿਬ ਜੀ ਇਹ ਦੇਗ ਤੁਸੀਂ ਹੋਰ ਨਹੀਂ ਬਣਾਉਣੀ ਸੀ ਇਹ ਤੇ ਆਨੰਦ ਕਾਰਜ ਦੂਜੇ ਸੀ ਉਹ ਕਹਿੰਦਾ ਬਾਬਾ ਜੀ ਕਿਹੜਾ ਖੁਰਚ ਨੇ ਪ੍ਰਾਂਤਾਂ ਖੜਕਾਵੇ ਸਵੇਰੇ ਇੱਕ ਵਾਰੀ ਬਣਾਤੀ ਹੁਣ ਸ਼ਾਮ ਤਾਈ ਚੱਲੂਗੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅਜੇ ਤੇ ਦੋ ਹੀ ਹੋਏ ਨੇ ਹਜੇ ਹੋਰ ਆਉਣੇ ਨੇ 2-3 ਇਹੀ ਚੱਲਣੀ ਹੈ ਸ਼ਾਮ ਤੱਕ ਸਤਿਗੁਰ ਨੂੰ ਇਹੀ ਖਵਾਵਾਂਗੇ ਦੇਖੋ ਪਰ ਉਹ ਟਾਈਮ ਸੀ ਆਨੰਦ ਕਾਰਜ ਸੁਬਾ ਦਾ ਟਾਈਮ ਪਹਿਲਾਂ ਆਸਾ ਦੀ ਵਾਰ ਦਾ ਕੀਰਤਨ ਫਿਰ ਆਨੰਦ ਕਾਰਜ ਆਸਾ ਦੀ ਵਾਰ ਦਾ ਕੀਰਤਨ ਹੋਇਆ ਜਦੋਂ ਲੱਗੇ ਆਨੰਦ ਕਾਰਜ ਹੋਣ ਤੇ 2 ਲਾਵਾਂ ਹੋ ਗਈਆਂ ਸੰਗ ਤੇ 2 ਜਦੋਂ 3 ਲਾਵ ਹੋਈ ਨਾ ਸ਼ੁਰੂ ਤੇ ਸਿੱਖ ਨੇ ਉੱਠ ਕੇ ਉਹ ਹੁਕਮਨਾਮਾ ਜੋਗੇ ਦੇ ਹੱਥ ਤੇ ਧਰ ਦਿੱਤਾ ਲੈ ਵੀ ਜੋਗਿਆ ਜੋਗਾ ਲੱਗਾ ਜੇਬ ਚ ਪਾਉਣ ਉਹ ਕਹਿੰਦਾ ਜੇਬ ਚ ਨਾ ਪਾਈ ਇਹਨੂੰ ਪੜ੍ਹ ਕੇ ਦੇਖ ਗੁਰੂ ਸਾਹਿਬ ਨੇ ਪੜ੍ਹਨ ਨੂੰ ਭੇਜਿਆ ਤੇ ਜਦੋਂ ਪੜ੍ਹਿਆ ਸੁਣਿਓ ਉਹ ਤੇ ਲਿਖਿਆ ਜੋਗੇ ਜਿਹੜਾ ਕੰਮ ਕਰਦਾ ਵਿੱਚੇ ਛੱਡਾਂ ਵੀ ਤੇਰੇ ਗੁਰੂ ਜੀ ਤੈਨੂੰ ਬੁਲਾਉਂਦੇ ਤੇਰੇ ਗੁਰੂ ਸਾਹਿਬ ਬੁਲਾਉਂਦੇ ਨੇ ਇੱਥੇ ਹੀ ਛੱਡ ਦੇ ਜਿਹੜਾ ਕੰਮ ਕਰਦਾ ਭਾਈ ਜੋਗਾ ਸੋਚੇ ਵੀ ਹੁਣ ਕਰਾਂ ਕੀ ਦੇਖੋ ਲਾਵਾਂ ਹੁੰਦੀਆਂ ਹੋਣ ਤੇ ਲੜਕੇ ਨੂੰ ਚਿੱਠੀ ਆ ਜਾਵੇ ਇੱਥੇ ਹੀ ਛੱਡ ਦੇ ਕੰਮ ਕਿਹੋ ਜਿਹਾ ਸਮਾਂ ਹੋਊਗਾ ਗੁਰੂ ਸਾਹਿਬ ਕਹਿੰਦੇ ਵਿੱਚੇ ਹੀ ਛੱਡ ਦੇ ਤੇ ਜੋਗਾ ਸੋਚੇ ਵੀ ਹੁਣ ਤੇ ਜਾਂ ਘਰ ਦੇ ਰਹਿਣਗੇ ਤੇ ਜਾਂ ਗੁਰੂ ਰਹੂਗਾ ਸਤਨਾਮ ਸ਼੍ਰੀ ਵਾਹਿਗੁਰੂ ਜੋਗੇ ਨੇ ਉੱਥੇ ਹੀ ਪੈਰ ਪੱਟਿਆ ਘਰ ਦੇ ਕਹਿੰਦੇ ਜੋਗਿਆ ਕਿੱਧਰ ਚੱਲਿਆ ਕਹਿੰਦੇ ਗੁਰੂ ਸਾਹਿਬ ਦਾ ਹੁਕਮ ਆ ਗਿਆ ਦੇਖ 10ਵੇਂ ਪਾਤਸ਼ਾਹ ਨੇ ਹੁਕਮ ਭੇਜ ਦਿੱਤਾ ਕਹਿੰਦੇ ਜੋਗੇ 2 ਲਾਵਾਂ ਰਹਿੰਦੀਆਂ ਨੇ ਕਰਾ ਕੇ ਚੱਲਿਆ ਜਾਈ ਦੇਖੋ ਪਿਆਰ ਨਾ ਤੇ ਗੱਲ ਲਾਵਾਂ ਦੀ ਸੀ ਤੇ ਨਾ ਗੱਲ ਟਾਈਮ ਦੀ ਸੀ ਗੱਲ ਤਾਂ ਗੁਰੂ ਦੇ ਹੁਕਮ ਦੀ ਸੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮਹਾਰਾਜ ਬਾਅਦ ਚੋਂ ਵੀ ਬੁਲਾ ਸਕਦੇ ਸੀ ਉਹ ਤਾਂ ਹੁਕਮ ਸੀ ਨਾ ਪਰਖਣਾ ਸੀ ਜੋਗਾ ਕਹਿੰਦਾ ਨਹੀਂ ਜੇ ਟਾਈਮ ਹੀ ਲੰਘ ਗਿਆ ਫਿਰ ਜਿਹੋ ਜਿਹਾ ਗਿਆ ਤੇ ਜਿਹੋ ਜਿਹਾ ਫਿਰ ਕੀ ਫਾਇਦਾ ਹੈ ਹੁਣ ਜਾਣਾ ਤਾਂ ਹੋਣੀ ਹੈ ਘਰ ਦੇ ਕਹਿੰਦੇ ਚੰਗਾ ਫਿਰ ਜਾਈ ਤਾਂ ਜੇ ਜਾਵੇਂਗਾ ਸਾਡੇ ਵੱਲੋਂ ਤੂੰ ਮਰ ਗਿਆ ਤੇ ਤੇਰੇ ਵੱਲੋਂ ਅਸੀਂ ਮਰ ਗਏ ਤਾਂ ਜਾਈ ਭਾਈ ਜੋਗਾ ਕਹਿੰਦਾ ਕੋਈ ਗੱਲ ਨਹੀਂ ਰੁੱਸਦੀ ਹੈ ਦੁਨੀਆ ਬਸ਼ੱਕ ਰੁੱਸ ਜੇ ਗੁਰਾਂ ਨੂੰ ਮਨਾਉਣਾ ਹੈ ਅੰਤ ਵੇਲੇ ਦੁਨੀਆ ਨੇ ਛੱਡ ਜਾਵਣਾ ਗੁਰਾਂ ਕੰਮ ਆਉਣਾ ਹੈ ਦੁਨੀਆ ਰੁੱਸਦੀ ਰੁੱਸ ਜੇ ਰੁੱਸਦੀ ਹੈ ਦੁਨੀਆ ਬਸ਼ੱਕ ਰੁੱਸ ਜੇ ਗੁਰਾਂ ਨੂੰ ਮਨਾਉਣਾ ਹੈ ਅੰਤ ਵੇਲੇ ਦੁਨੀਆ ਨੇ ਛੱਡ ਜਾਵਣਾ ਗੁਰਾਂ ਕੰਮ ਆਉਣਾ ਹੈ ਜਮਾਂ ਵਾਲੀ ਮਾਰ ਝੱਲੀ ਨਹੀਂ ਜਾਵਣੀ ਗੁਰਾਂ ਨੇ ਬਚਾਉਣਾ ਹੈ
उथे किसी ने नहीं खड़ना। जोगा कहता फतेह बुला के चंगा मेरा रुसे ना कलगिया वाला जग पावे सारा रुस जे रुसे ना कलगिया वाला जग पावे सारा रुस जे मेरा रुसे ना कलगिया वाला जग पावे सारा रुस जे मेरा रुसे ना कलगिया वाला जग पावे ਸਾਡਾ ਗੁਰੂ ਨਾ ਰੁੱਸੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਸੋਚੋ ਇਹ ਸਾਖੀ ਤਾਂ ਆਪਾਂ ਸੁਣ ਲਈ ਪਰ ਸੋਚ ਕੇ ਦੇਖੋ ਵੀ ਸਮਾਂ ਕਿਹੋ ਜਿਹਾ ਹੋਊਗਾ ਜਦੋਂ ਨਾਂਦੀ ਛਟਕਾਰ ਛੱਡਣੇ ਗੁਰੂ ਦਾ ਹੁਕਮ ਮੰਨੇ। ਹੋਇਆ ਘੋੜੇ ਤੇ ਸਵਾਰ ਰਾਹੇ ਪੈ ਗਿਆ ਆਨੰਦਪੁਰ। ਹੁਣ ਪਿਸ਼ਾਵਰ ਤੋਂ ਚੱਲਣਾ ਸੀ ਹੁਸ਼ਿਆਰਪੁਰ ਆਉਣਾ ਸੀ ਨਾ ਸੰਨ ਚ ਪਿਸ਼ੌਰ ਵੀ ਗੁਰਦੁਆਰਾ ਬਣਿਆ ਉਹਦਾ ਨਾਮ ਹੈ ਭਾਈ ਜੋਗਾ ਤੇ ਹੁਸ਼ਿਆਰਪੁਰ ਵੀ ਗੁਰਦੁਆਰਾ ਬਣਿਆ ਉਹਦਾ ਵੀ ਨਾਮ ਭਾਈ ਜੋਗਾ ਜੀ ਹੈ। ਹੁਸ਼ਿਆਰਪੁਰ ਜਿੱਥੇ ਭਾਈ ਜੋਗੇ ਦਾ ਮਨ ਡੋਲਿਆ ਸੀ ਉਹ ਜਗ੍ਹਾ ਤੇ ਵੀ ਗੁਰਦੁਆਰਾ ਬਣਿਆ। ਹੁਣ ਜੋਗਾ ਤੁਰਿਆ ਘੋੜੇ ਤੇ ਸਵਾਰ ਚੱਲਿਆ ਆਉਂਦਾ। ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਅਰਦਾਸ ਕਰਿਆ ਕਰੋ। ਸ਼ੁਰੂ ਚ ਆਪਾਂ ਇਹੀ ਧਾਰਨਾ ਪੜ੍ਹੀ ਸੀ ਨਾ ਹੱਥ ਸਿਰ ਤੇ ਰੱਖਿਓ ਜੀ ਜਦੋਂ ਮੈਂ ਡੋਲਾ। ਜੇ ਗੁਰੂ ਨੂੰ ਅਰਦਾਸ ਕਰਾਂਗੇ ਆਰੇ ਦੇ ਥੱਲੇ ਬੈਠੇ ਵੀ ਨਹੀਂ ਡੋਲਾਂਗੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹਦੀ ਅਰਦਾਸ ਚ ਦਮ ਹੋਊਗਾ ਉਹ ਰੰਬੀ ਥੱਲੇ ਵੀ ਨਹੀਂ ਡੋਲੂਗਾ। ਜਿਹਦੀ ਅਰਦਾਸ ਚ ਦਮ ਹੋਊਗਾ ਉਹ ਖੋਪਰ ਲੈਂਦੇ ਤੇ ਵੀ ਨਹੀਂ ਡੋਲੇਗਾ। ਜਿਹਦੀ ਅਰਦਾਸ ਚ ਦਮ ਹੋਊਗਾ ਆਰੇ ਦੇ ਥੱਲੇ ਵੀ ਨਹੀਂ ਡੋਲੇਗਾ। ਜਿਹਦੀ ਅਰਦਾਸ ਚ ਦਮ ਹੋਊਗਾ ਸੱਚੇ ਮਨ ਨਾਲ ਕੀਤੀ ਹੋਊਗੀ। ਹੁਣ ਭਾਈ ਜੋਗਾ ਸੋਚੇ ਮਨ ਚ ਮਨ ਦਾ ਕੀ ਪਰਵਾਸ ਹੈ
किसी लिखने वाले ने दो पंगतियां लिखी है, वो कहिंदा मन शताना मन बेईमाना मरजा मगरों लै जा, इन्ने जुग फिरदे नू हो गए हुण तां टिक के बह जा। मन शताना एडा शतान मन, संगत च बैठे भी देखो होर ही मन च ख्याल आई जांदे, संगत च बह के भी नहीं मन टिकदा साडा, होर कित्थे टिकूगा। भाई जोगा मन च सोचे मना, सिख तां बहुत वेखे मैं वड्डे वड्डे सिख, पर जोगिया तेरे वर्गा नहीं कोई होना, जेड़ा लावा ही छड्या आखो सतनाम श्री वाहिगुरु, तेरे वर्गा तां नहीं कोई होना। हो जांदा ना कई बार, जे पक्खा दईए तां सारे फर भर दिंदे, लिख लिख के भी फलाने ने दित्ता पक्खा, सारे फर। महापुरश कहिंदे हुंदे सी, कहिंदे दान इक हथ ना करिए दूजे नूं पता ही ना लगे भी की कीता, उन्हूं दान कहिंदे ने, भी पता ही ना लगे भी कीता की है, इक हथ ना करिए दूजे नूं ना पता होवे। हुण ते मैं देखिया ग्रंथी दे चूंडियां वड्डी जाणगे, मेरा नाम लै दी अरदास च आखो सतनाम श्री वाहिगुरु। एक पासे आपां गुरु नूं कहिंदे गुरु अंतरजामी है, दूजे पासे कहिंदे मेरा नाम लई, जे हुण अंतरजामी ते आपे ही समझूगा भी किहने सेवा कीती है, आपे ही जाणूगा। भाई जोगे ने मन च माण हो गया, कहिंदा तेरे वर्गा नहीं कोई होना, किहो जा तेरे वर्गा ना गुरु दा सिख होना, जीने लामा विच छड़ियां वर्गा ना गुरु दा सिख होना, जीने लामा विच छड़ियां तेरे वर्गा ना गुरु दा सिख होना, लामा ही छड़े आया। आओ समा भी अपना सीमित रह गया, हुण जद मन च सोचिया इधरों दशमेश पिता दिलां दियां जानदे, आनंदपुर बैठे महाराज, महाराज वेख वेख हसी जांदे, कहिंदे जोगिया जे तू हंकार लैके इत्थे आ गया तू होर भी तंग करेगा किसे,
ਕਹੋ ਫਿਰ ਟਿਕਣ ਕਿੱਥੇ ਦੇਣਾ ਵੀ ਮੇਰੇ ਵਰਗਾ ਕੌਣ ਹੈ ਤੁਹਾਡੇ ਚ ਬਈ ਦੱਸੋ ਮਹਾਰਾਜ ਕਹਿੰਦੇ ਪਿੱਛੇ ਪਿੱਛੇ ਹੀ ਲਾਈਏ ਹੰਕਾਰ ਪਿੱਛੇ ਹੀ ਮਾਣ ਪਾਉਂਦਾ ਨੀ ਗੁਰੂ ਨੂੰ ਜਿਹੜਾ ਹੰਕਾਰ ਹੈ ਉਹ ਢਹਿੰਦਾ ਹੀ ਢਹਿੰਦਾ ਇੱਕ ਦਿਨ ਅੱਜ ਢਹਿ ਜੇ ਕੱਲ ਢਹਿ ਜੇ ਹੰਕਾਰ ਨੇ ਢਹਿਣਾ ਹੀ ਢਹਿਣਾ ਪਿਆ ਹੰਕਾਰ ਨਹੀਂ ਰਹਿੰਦਾ ਜਦੋਂ ਹੁਸ਼ਿਆਰਪੁਰ ਪਹੁੰਚਿਆ ਤੇ ਇਤਿਹਾਸ ਕਹਿੰਦਾ ਕਿ ਨਾਚ ਹੋ ਰਿਹਾ ਸੀ ਨਾਚ ਸੁਣਿਓ ਸੰਗਤੇ ਕਈ ਇੱਥੇ ਆ ਕੇ ਕਹਿੰਦੇ ਜੀ ਇਹ ਤਾਂ ਸਾਖੀ ਨੀ ਹੈਗੀ ਏਦਾਂ ਦੀ ਬੜੇ ਲੋਕ ਹੁੰਦੇ ਨੇ ਪਰ ਸੱਚਾਈ ਅਸਲੀਅਤ ਕੀ ਹੈ ਕੁਆਲਿਟੀ ਕੀ ਹੈ ਨਾਚ ਹੋ ਰਿਹਾ ਜੋਗਾ ਸੋਚੇ ਵੀ ਮਹਾਰਾਜ ਦੇ ਕੋਲ ਰਹੇ ਹਾਂ ਮਹਾਰਾਜ ਦੇ ਕੋਲ ਹੀ ਰਹਿਣਾ ਹੈ ਫਿਰ ਕਿਹੜਾ ਮੁੜਨਾ ਜਦੋਂ ਹੁਣ ਚਲੇ ਗਏ ਆ ਨਾਚ ਹੋ ਰਿਹਾ ਵੇਖ ਹੀ ਚੱਲੀਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸ਼ਾਮ ਦਾ ਟਾਈਮ ਹੋਇਆ ਸ਼ਾਮ ਦਾ ਵੀ ਨਾਚ ਹੁੰਦਾ ਘੋੜੇ ਤੋਂ ਉਤਰਿਆ ਦੇਖੋ ਗੁਰੂ ਦਾ ਪਿਆਰ ਸੰਗਤੇ ਇਧਰੋਂ ਜੋਗਾ ਤੁਰਿਆ ਉਧਰੋਂ ਧੰਨ ਗੁਰੂ ਕਲਗੀਆਂ ਵਾਲੇ ਤੁਰ ਪਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਨੰਦਪੁਰੋਂ ਘੋੜੇ ਤੇ ਸਵਾਰ ਮਹਾਰਾਜ ਕਹਿੰਦੇ ਸਿੰਘੋ ਛੇਤੀ ਜਾਣਾ ਮੇਰਾ ਘੋੜਾ ਤਿਆਰ ਕਰੋ ਮਹਾਰਾਜ ਵੀ ਆ ਗਏ ਜੋਗਾ ਲੱਗਾ ਜਾਣ ਇਤਿਹਾਸ ਕਹਿੰਦਾ ਮਹਾਰਾਜ ਪਹਿਰੇਦਾਰਾਂ ਵਾਲਾ ਲਿਬਾਸ ਪਾ ਕੇ ਪਹਿਰੇਦਾਰਾਂ ਵਾਲਾ ਤੁਸੀਂ ਦੇਖਦੇ ਹੋ ਚੌਕੀਦਾਰਾਂ ਦਾ ਲਿਬਾਸ ਕਿਹੋ ਜਿਹਾ ਹੁੰਦਾ ਉੱਤੇ ਭੂਰਾ ਲਿਆ ਹੁੰਦਾ ਹੱਥ ਚ ਸੋਟਾ ਬਹੁਤ ਮੋਟਾ ਫੜਿਆ ਹੁੰਦਾ ਚੌਕੀਦਾਰ ਏਦਾਂ ਦੇ ਹੀ ਹੁੰਦੇ ਨੇ ਮਹਾਰਾਜ ਨੇ ਭੂਰਾ ਉੱਪਰ ਲੈ ਲਿਆ ਹੱਥ ਚ ਸੋਟਾ ਫੜਿਆ ਇੱਕ ਮੈਂ ਇੱਥੇ ਹੋਰ ਬੇਨਤੀ ਕਰਾਂ ਕਿਸੇ ਦੇ ਮਨ ਚ ਸ਼ੰਕਾ ਨਾ ਰਹਿ ਜੇ ਵੀ ਐਂ ਕਿਵੇਂ ਹੋ ਗਿਆ ਆ ਸਾਡੇ ਨੇੜੇ ਹੀ ਪਿੰਡ ਹੈ ਰਾਮਗੜ੍ਹ ਭੁੱਲਰ ਜਗਰਾਮਾ ਦੇ ਨਾਲ ਪਿੰਡ ਹੈ ਆਪਣੀਆਂ ਰਿਸ਼ਤੇਦਾਰੀਆਂ ਵੀ ਹੋਣਗੀਆਂ ਕਿਸੇ ਦੀ ਉੱਥੋਂ ਸੰਤ ਮੱਘਰ ਸਿੰਘ ਜੀ ਦਾ ਫੌਜ ਵਿੱਚ ਵਰਦੀ ਪਾ ਕੇ ਪਹਿਰਾ ਦਿੱਤਾ ਸੀ ਮਹਾਰਾਜ ਨੇ ਤੇ ਹੁਣ ਦੀ ਗੱਲ ਹੈ ਫੌਜ ਦੀ ਵਰਦੀ ਪਾ ਕੇ ਦਸਵੇਂ ਪਾਤਸ਼ਾਹ ਨੇ ਸੰਤ ਮੱਘਰ ਸਿੰਘ ਦਾ ਪਹਿਰਾ ਦਿੱਤਾ ਹਜੇ ਵੀ ਤੁਸੀਂ ਪੁੱਛ ਸਕਦੇ ਹੋ ਜਾ ਇਤਿਹਾਸ ਲਿਖਿਆ ਹੋਇਆ ਇੱਕ ਹੋਰ ਉਦਾਹਰਨ ਦੇਵਾਂ ਵਿੱਚ ਕੋਈ ਫੌਜੀ ਵੀਰ ਬੈਠਾ ਹੋ ਚੀਨ ਦੇ ਬਾਰਡਰ ਤੇ ਸੰਤ ਹਰਭਜਨ ਸਿੰਘ ਹਜੇ ਤੱਕ ਉਹਦਾ ਪਲੰਘ ਉਦਾਂ ਡਾਇਆ ਹੋਇਆ ਉਹ ਫੌਜ ਚ ਸ਼ਹੀਦ ਹੋਇਆ ਸੀ ਹਰਭਜਨ ਸਿੰਘ ਉਹਦਾ ਨਾਮ ਸੀ ਹਜੇ ਤੱਕ ਉਹਦੀ ਵਰਦੀ ਪ੍ਰੈਸ ਕਰਕੇ ਰੱਖਦੇ ਨੇ ਜਦ ਸਵੇਰੇ ਵਰਦੀ ਚੁੱਕਦੇ ਵਰਦੀ ਚ ਵਲ ਪਏ ਹੁੰਦੇ ਨੇ ਸੰਗਤ ਹਜੇ ਤੱਕ ਕੀ ਕਰ ਰਿਹਾ ਸੀ ਤੇ ਮਹਾਰਾਜ ਲੈ ਕੇ ਕੰਬਲ ਉੱਤੇ ਤੇ ਵੇਸਵਾ ਦੇ ਦਰਵਾਜ਼ੇ ਤੇ ਖੜ ਕੇ ਪਹਿਰਾ ਦੇਣ ਜਦੋਂ ਜੋਗਾ ਗਿਆ ਪਹਿਲੀ ਵਾਰੀ ਤੇ ਵੇਖ ਕੇ ਮੁੜਿਆ ਆ ਵੀ ਪਹਿਰੇਦਾਰ ਖੜਾ ਕੀ ਕਹੂਗਾ ਵੀ ਦਾੜਾ ਮੂੰਹ ਤੇ ਹੈ ਬਾਣਾ ਗੁਰੂ ਦਾ ਪਾਇਆ ਤੇ ਇੱਥੇ ਕਿਵੇਂ ਖੜਾ ਮੂਰਖਾ ਸ਼ਰਮ ਆਉਂਦੀ ਨਾ ਜੇ ਕੋਈ ਹੁਣ ਗੁਰੂ ਦਾ ਸਿੱਖ ਦਾੜੇ ਵਾਲਾ ਸ਼ਰਾਬ ਪੀ ਕੇ ਡਿੱਗਿਆ ਪਿਆ ਹੋਵੇ ਅਗਲਾ ਕਹੂਗਾ ਹੀ ਨਾ ਵੀ ਹੈ ਗੁਰੂ ਦਾ ਸਿੱਖ ਦੇਖੋ ਕੀ ਕਰਦਾ ਹੈ ਕਹੂਗਾ ਨਾ ਹੁਣ ਭਾਈ ਜੋਗਾ ਜਦੋਂ ਗਿਆ ਦੂਸਰੀ ਵਾਰੀ ਫਿਰ ਦੇਖਿਆ ਪਹਿਰੇਦਾਰ ਖੜਿਆ ਮੁੜਿਆ ਆ ਜਦ ਤੀਸਰੀ ਵਾਰੀ ਗਿਆ ਨਾ ਸੰਗਤੇ ਫਿਰ ਮਹਾਰਾਜ ਚੁੱਪ ਨਹੀਂ ਰਹੇ ਫਿਰ ਬੋਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਓਏ ਲੱਗਦਾ ਤੇ ਕਲਗੀਆਂ ਵਾਲੇ ਦਾ ਸਿੱਖ ਹੈ ਦਾੜਾ ਛੱਡਿਆ ਕਿਰਪਾਨ ਪਾਈ ਹੈ ਤੈਨੂੰ ਲੱਜਾ ਨਹੀਂ ਆਉਂਦੀ ਕਿਹੋ ਜਿਹੇ ਥਾਂ ਤੇ ਖੜਾ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਯਾਦ ਰੱਖੀ ਉਹ ਸਿੱਖਾ ਨਰਕਾਂ ਨੂੰ ਜਾਵੇਂਗਾ ਸਤਿਗੁਰ ਤੋਂ ਬੇਮੁਖ ਹੋ ਕੇ 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 ਨਰਕਾਂ ਨੂੰ ਜਾਵੇਂਗਾ ਸਤਿਗੁਰ ਤੋਂ ਨਰਕਾਂ ਨੂੰ ਜਾ
हर कानू जानेगा सतगुर तो बेमुख होके हर कानू जानेगा सतगुर तो बेमुख होके केड़ा है तू चोर यार कीदा कर बोलदा कीदा कर बोलदा तीजी वारी जेड़ा लाया विच तू बाजार वे पेड़ पे कशरा तेरे पाना है गुरां दा पाया पाना है गुरां दा पाया की करता फिरता मूंछा वे सवा द्वार पे पेड़ पे शहरा त्रेंत दस में गुरानी तेरी दस में गुरानी शहर उठे के सफेद सिद्धी सुधार दे दस में पुराने ताई लाज लावे खाल सारी लाज लावे खाल सारी हो गए सिख करे काम ठग चोर यार दे सतगुरु कहंदे कौन है तू केड़ा केड़ा तू गुरु दा सिख तीजी वारी गेड़ा लाया विच तू बाजार दे तेड़ ते कशहरा रहत दस में गुरां दी तेरी सिर उत्ते केस पेच सिद्धी दस्तार दे तू लगदा ते सिख है दस में गुरां दे ताई लाज लौना खालसा जी हो के सिख करे कम ठग चोर जार दे दसवें पातशाह के बस इन्ना सुनने दी देर अखां मूरे नेरा आ गया ओ मना किथे खड़ गया आके नाले घोड़ा पुजाया आनंदपुर नू नाले पढ़दा जांदा मना खोटिया वसा नहीं ओ तेरा कौडियां ते फिरे डोलदा मना खोटिया वसा नहीं ओ तेरा कौडियां ते फिरे डोलदा मना खोटिया वसा नहीं ओ तेरा कौडियां ते फिरे डोलदा मना खोटिया वसा नहीं ओ तेरा ਪਹੁੰਚਿਆ ਸੁਣਿਓ ਧਿਆਨ ਰੱਖਿਓ ਮੈਂ ਉਹ ਬਚਨ ਤੇ ਲਿਆਵਾਂ ਜਿਹੜਾ ਕੀਤਾ ਸੀ ਸਤਿਗੁਰ ਜਦੋਂ ਜੋਗਾ ਪਹੁੰਚਿਆ ਮਹਾਰਾਜ ਪਹਿਲਾਂ ਹੀ ਬਹਿ ਗਏ ਸੰਗਤ ਚ ਆਏ ਇਧਰਲੇ ਪਾਸੇ ਭਾਈ ਬੈਠੇ ਬੀਬੀਆਂ ਬੈਠੀਆਂ
महाराज आसन लाई बैठे ते जो तो जोगे ने मत्था टेकिया ना ते फेस वेखिया महाराज दा मुखड़ा ते महाराज दे नेत्रां च लाली पूरे नेत्र लाल हथ बन के कहिंदा सच्चे पातशाह ऐ लगदा जिवे रात सुते ही नहीं हुंदे आखो सतनाम श्री वाहिगुरु महाराज सुते नहीं महाराज हस के कहिंदे जोगिया सोईए ता तां जे तेरे अर्गे सौण देण आखो सतनाम श्री वाहिगुरु बस जदों इन्नी गल कही ते निकल गई मिट्टी सच्चे पातशाह महाराज कहिंदे जोगे तू लावा छड़ के आया वे तेरे वर्गा सिख वाकई नहीं होना हुण फिर शर्मिंदा भी मैं ते सोचदा हुंदा सी ये गल भी मेरे वर्गा नहीं होना कोई कहिंदे तू लावा छड़ के आया तेरे वर्गा नहीं होना ते जोगिया तू बेसवा द्वारे ते खड़ गया ते तेरे वर्गा उब नहीं होना कोई आखो सतनाम श्री वाहिगुरु बेसवा द्वारे ते पर जोगे जे तू मैनू कहै मैं लावा छड़िया ने तू लावा छड़िया जोगे असी आ तख्त छड़ दिते आखो सतनाम श्री वाहिगुरु ए है धन गुरु गोबिंद सिंह महाराज जे तू छड़ के विचाले लावा आ गया मैं भी पहरेदार हो गया छड़ के विचाले लावा आ गया मैं भी पहरेदार हो गया जे तू छड़ के विचाले लावा आ गया मैं भी पहरेदार हो गया जे तू छड़ के विचाले लावा आ गया मैं भी पहरेदार हो जैसे दशमेश माता गुजरी के लाल जी वार परवार चारे बच्चियां दे ताईं दे वे देश कौम उत्तों कुर्बान वार वार जी अमृत दा सोमा होवे तपदियां नूं ठार दे वे संतां दा सहाई ते प्यारियां दी ढाल जी आप चौकीदार होके सारी रात पहरा दे वे मचदी अग विचों लवे सिख नूं निकाल जी ए है गुरु ते कोले एक सिख बैठा सी कहिंदा महाराज जे इहनूं रोकणा ही सी तुसीं सानूं पंजां छेआं नूं भेज दिंदे असीं रोक दिंदे तुसीं क्यों जागणा सी महाराज कहिंदे सिखो इहदे नाल बचन मेरा होया सी जोगे जे तूं साडे जोगा ते असीं तेरे जोगे बचन मेरा होया सी अज भी गुरु साहब अंग संग रहिंदे ने बस गल इको ही चाहिए है संग ते समाप्ति करिए साच कहो सुन ले हो सबे जिन प्रेम कियो तिन ही प्रापायो एक धारना सारे पढ़ लो भैनों गज वज के बहुत देखो किनिया भैणा बैठिया उच्ची आवाज दे के अज भी सतगुरु सतगुर हर वेले अंग संग रहिंदे ने फीस देनी पैंदी प्रेम दी हर वेले अंग संग रहिंदे ने फीस देनी पैंदी प्रेम दी लाशां करदा मैं जिस दियां बार लाशां
पर तेनू भेद ना दसदा मैं मुंडा दसदा तेरे अंदर पर तेनू भेद ना दसदा मैं ओता बसदा तेरे अंदर पर तेनू भेद ना दसदा मैं ओता बसदा तेरे अंदर पर तेनू भेद ना दसदा जिस दियां बार तलाशां करदे ओ तेरे मन विच वसदा है ओ तां वसदा तेरे अंदर पर तैनू भेद ना दसदा ओ ते तेरे अंदर ही है हर वेले कोल है। तो महाराज ने जोगे दी लज्जा रखी अज यही अरदास करिए सतगुरु अब की बार बख्श बंदे जिमें जोगे दी लज्जा रखी है ते सतगुरु साड़ी भी लज्जा रखी यही अरदास करिए। देखो किन्ना सोहना समा मैं संगत तो माफी चाहना समा अज क्यों वध लगे है क्योंकि जो NVI कंपनी नानक सर रिकॉर्डिंग कंपनी है ये आज अपने पिंड च रिकॉर्ड करने वास्ते पहुंचे ने इस जगह दा जो देखो आ हुण अपनियां सीढ़ियां देखो कित्थों कित्थों तक देशां विदेशां तक ये सीढ़ियां जाणगियां क्योंकि ये अपने नगर दा ही इत्थे नाम है महापुरखां दा शहीद बाबा सुवेग सिंह जी और इन्हां दे सारे मैनेजमेंट प्रबंधक कमेटी इन्हां ने बहुत संजोग दिता बहुत प्यार दिता कि इदां दा कोई काम होवे तां वी बहुत खुश हो के इन्हां ने नाल सेवा करवाई है। मैं सारी प्रबंधक कमेटी कल्ले कल्ले सेवादार जिन्हां ने सेवा कीती लंगरां दी सेवा बड़े प्यार वाले सेवादार है साडे नगर दे बहुत ही प्यार वाले किसे भी गुरु घर च समागम होवे चाहे वह डेरा साहब च होवे चाहे वह बाबा जी दे अंदरले गुरद्वारा साहब च होवे चाहे वह अंगीठा साहब च होवे सारे ही सेवादार मूहरे लग के नगर विच ही ये बहुत वड्डी गल है ये नगर का ही प्यार है इत्तेफाक है कि सारा नगर ही जिथे महापुरशां दा कोई काम होवे मूहरे लग के ये सारे करदे सारिआं दी सेवा सतगुरु प्रवान करन इन्नी हाजरी लेखे विच लाउणी संगत जी समा ज्यादा हो गया मैं माफ़ी चाहुंदा रिकॉर्डिंग करके आपां इह समा सतगुरु ने बख्शिया सी ते गुरु ग्रंथ साहिब जी दा धन्नवाद साडे महापुरख बाबा जी बाबा तेग सिंह जी बैठे ने उन्हां दा भी धन्नवाद और होर डॉक्टर साहब इकबाल सिंह जी सरपंच लोहारे तो गुरमुख प्यारे पहुंचे ने चमकौर सिंह संघा सारयां दा धन्नवाद जिथों जिथों आए हो संगत जी जी आया नूं हुण आपां आखरी पंक्ति पढ़नी है फिर आनंद साहब दियां 6 पौड़ियां पढ़ के अरदास होवेगी उस तो बाद जिहड़े कविश्री संघ है किसे नूं निराश नहीं होण देना थोड़ा थोड़ा टाइम सारयां दा ही उधरों देग वरतूगी थोड़ा थोड़ा टाइम सारयां तों लवांगे आउण वाला समा सरदार चमकौर सिंह जी तों सरदार बिंदर सिंह जी गुरमुखा प्यारयां तों सरवण करियो आखरी पंक्तियां जिथे जिथे खड़े हो उत्थों ही कर लो बेनतियां समाप्ति करिए साडी सेवा थोड़ी है साडी सेवा थोड़ी है लेखे लायो लेखे लायो सेवा थोड़ी है लेखे लायो लेखे लायो साडी सेवा थोड़ी है लेखे लायो सेवा थोड़ी है लेखे लायो लेखे लायो सेवा थोड़ी है लेखे लायो लेखे लायो साडी सेवा थोड़ी है लेखे लायो लेखे लायो साडी सेवा थोड़ी है लेखे लायो लेखे लायो सेवा थोड़ी है लेखे लायो लेखे लायो साडी सेवा थोड़ी है लेखे लायो लेखे लायो साडी सेवा थोड़ी है लेखे लायो लेखे लायो साडी सेवा थोड़ी है।
मंगन बोल आओ सतगुरु कृपा करन हुण आपां आनंद साहिब दीआं छे पौड़ियां उस तो बाद हुकमनामा साहिब बाबा जी व्याख्या करनगे फिर आपां सरवण करके सारे आने फिर देख लैके अगला समा सरवण करना आओ आनंद साहिब दीआं छे पौड़ियां च साथ आने वाला समा करिए सरवण सतगुरां दा धन्नवाद ये महापुरखां दी असीस बाबा पाला सिंह जी कंडियाल वाले उन्हां दी असीस है लोक सुखीए पर लोक सुहेले नानक हर प्रभु आपे मिले राम कली महला तीजा नंद को अंकार सतगुर प्रसाद ये नंद पाया मेरी माए सतगुरु मैं पाया पाया ਸਗਲ ਜਾਗੋ ਨਹੀਂ ਆਈਆਂ ਪੁਰੀਆਂ